ਬੀਤੇ ਦਿਨੀ ਫਰੀਦਕੋਟ 'ਚ ਹੋਈ ਅਕਾਲੀ ਦਲ ਦੀ ਰੈਲੀ 'ਚ ਕੁਝ ਗਰਮ ਖਿਆਲੀਆਂ ਵੱਲੋਂ ਕੀਤੇ ਹੰਗਾਮੇ ਨੂੰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ। ਉਹਨਾਂ ਕਿਹਾ ਕਿ ਰੈਲੀ 'ਚ ਹੰਗਾਮਾ ਕਰਨ ਆਏ ਲੋਕਾਂ ਨੂੰ ਪੁਲਿਸ ਵੱਲੋਂ ਪੂਰੀ ਸ਼ਹਿ ਦਿੱਤੀ ਗਈ ਸੀ, ਜਿਨ੍ਹਾਂ ਨੇ ਅਕਾਲੀ ਦਲ ਦੇ ਬੋਰਡ ਨੂੰ ਪੁਲਿਸ ਦੀ ਮੌਜੂਦਗੀ 'ਚ ਹੀ ਭਾਰ ਦਿੱਤਾ, ਜਦਕਿ ਨਾਲ ਲੱਗਾ ਕਾਂਗਰਸ ਦੇ ਬੋਰਡ ਨੂੰ ਛੇੜਿਆ ਤੱਕ ਨਹੀਂ। ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਕੁਝ ਲੋਕਾਂ ਵੱਲੋਂ ਅਕਾਲੀ ਦਲ ਦੇ ਬੋਰਡ ਨੂੰ ਤੋੜਿਆ ਜਾ ਰਿਹਾ, ਜਦਕਿ ਨਾਲ ਹੀ ਲੱਗੇ ਕਾਂਗਰਸ ਦੇ ਬੋਰਡ ਨੂੰ ਹਿਲਾਇਆ ਤੱਕ ਨਹੀਂ ਗਿਆ। ਮੈਂ ਧੰਨਵਾਦੀ ਹਾਂ ਓਨਰੇਬਲ ਹਾਈ ਕੋਰਟਸ ਦਾ ਅਤੇ ਜੱਜ ਸਾਹਿਬਾਨਾਂ ਦਾ, ਜਿਨ੍ਹਾਂ ਨੇ ਸਾਡੇ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰਦਿਆਂ ਛੁੱਟੀ ਵਾਲੇ ਦਿਨ ਹੇਅਰਿੰਗ ਕਰਕੇ 9 ਘੰਟਿਆਂ ਬਾਅਦ ਸਾਨੂੰ ਪਰਮਿਸ਼ਨ ਦਿੱਤੀ ਰੈਲੀ ਦੀ। ਠਾਠਾ ਮਾਰਦਾ ਇਕੱਠ ਹੋਇਆ ਚੰਦ ਘੰਟਿਆਂ 'ਚ, ਰਾਤ ਦੇ 9 ਵਜੇ ਪਰਮਿਸ਼ਨ ਆਈ ਹੈ, ਅਗਲੇ ਦਿਨ ਸਵੇਰੇ ਇਕੱਠ ਹੋ ਗਿਆ। ਮਗਰ ਤੁਹਾਨੂੰ ਇੱਕ ਗੱਲ ਵੇਖਣ ਨੂੰ ਮਿਲੀ ਹੋਣੀ ਜਿਹੜੀ ਬੜੀ ਹੈਰਾਨਗੀ ਦੀ ਹੈ, ਕਿ ਕਿਵੇਂ ਪੁਲਿਸ ਨੂੰ ਕਾਂਗਰਸ ਦੇ ਟੌਪ ਲੀਡਰਸ ਵੱਲੋਂ ਇੰਸਟਰਕਸ਼ਨ ਸੀ ਕਿ ਚੰਦ ਲੋਕ ਆਉਣਗੇ ਸ਼ਹਿਰ 'ਚ, ਨੰਗੀਆਂ ਕਿਰਪਾਨਾਂ, ਡੰਡੇ, ਡਾਂਗਾਂ, ਹੋਰ ਫਾਇਰ ਆਰਮ, ਜਦਕਿ ਹਾਈ ਕੋਰਟ ਨੇ ਕਲੀਅਰ ਬੈਨ ਲਾਇਆ ਸੀ ਕਿ ਕੋਈ ਫਾਇਰ ਆਰਮ ਉੱਥੇ ਨਹੀਂ। ਉਹ ਕਿਵੇਂ ਉੱਥੇ 15-20 ਫਿਰਦੇ ਸੀ, ਮੈਂ ਤੁਹਾਨੂੰ ਉਹਨੇ ਇੱਕ ਵੀਡੀਓ ਵੀ ਵਿਖਾਊਂਗਾ, ਵੀਡੀਓ ਕੱਢਿਓ ਜੀ, ਇੱਕ ਵੀਡੀਓ ਵਿਖਾਊਂਗਾ ਕਿ ਜਿੱਥੇ 2 ਬੈਨਰ ਲੱਗੇ ਆ ਇਕੱਠੇ ਇਕੱਠੇ, ਇੱਕ ਜਗ੍ਹਾ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਲੀਡਰਾਂ ਦੀ ਫੋਟੋ ਹੈ, ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੈ। ਇਹ ਜਿਹੜੇ ਕਾਂਗਰਸੀ ਪੰਥਕ ਉੱਥੇ ਸੀਗੇ ਜਿਹੜੇ ਭੇਜੇ ਇਹਨਾਂ ਦੇ, ਉਹਨਾਂ ਨੇ ਕਾਂਗਰਸ ਦੇ ਬੋਰਡ ਨੂੰ ਤਾਂ ਕੁਛ ਨਹੀਂ ਕੀਤਾ, ਅਕਾਲੀ ਦਲ ਦਾ ਜਿਹੜਾ ਬੋਰਡ ਸੀ ਉਹਨੂੰ ਉਹ ਤੋੜਦੇ ਪਾਉਂਦੇ ਸਨ। ਅਤੇ ਤੁਸੀਂ ਕੀ ਇਹਨੂੰ ਔਰਗਨਾਈਜ਼ਡ ਨਹੀਂ ਕਹੋਗੇ ਕਿ 1000-2000 ਪੁਲਿਸ ਵਾਲਾ ਪੁਲਿਸ ਕਰਮਚਾਰੀ ਹੋਣ, ਅਤੇ 1000-2000 ਪੁਲਿਸ ਕਰਮਚਾਰੀ 50-60 ਬੰਦਿਆਂ ਨੂੰ ਕੰਟਰੋਲ ਨਹੀਂ ਕਰ ਰਹੇ ਸੀ, ਉਹਨਾਂ ਨੂੰ ਸ਼ਹਿਰ ਦੇ ਘੇਰੇ ਘੇਰੇ ਐਸਕੋਟ ਕਰ ਰਹੇ ਸੀ। ਐਸਕੋਟ ਮਤਲਬ ਕਿ ਜਿਵੇਂ ਅੱਗੇ ਪਿੱਛੇ ਪੁਲਿਸ ਵਾਲੇ ਲਾ ਕੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਸੀ ਕਿ ਤੁਸੀਂ ਜਿੰਨਾ ਗਦਰ ਮਚਾਓ ਕਿ ਤੁਹਾਡੀ ਹਾਜ਼ਰੀ ਲੱਗ ਜੇ ਅਤੇ ਮਾਹੌਲ ਖਰਾਬ ਹੁੰਦਾ ਜਾਵੇ। ਸਾਹਮਣੇ ਪੁਲਿਸ ਪਾਰਟੀ ਖਲੋਤੀ ਹੈ, ਜਦੋਂ ਰੈਲੀ ਖਤਮ ਹੋ ਗਈ ਪੁਲਿਸ ਨੇ ਉਹਨਾਂ ਨੂੰ ਐਸਕੋਟ ਕਰਕੇ ਲਿਟਰਲੀ ਉੱਥੇ ਭਾਈ ਕਨਈਆ ਚੌਂਕ ਹੈ ਬਿਲਕੁਲ ਰੈਲੀ ਵਾਲੀ ਥਾਂ 'ਤੇ ਉੱਥੇ ਲੈ ਆਏ, ਅਤੇ ਜਿਹੜੀ ਸੰਗਤ ਵਾਪਸ ਜਾ ਰਹੀ ਸੀ ਇੱਕ ਬਲਟੋਆ ਸਾਹਿਬ ਦੇ ਹਲਕੇ ਤੋਂ ਗੁਰਸਿੱਖ ਬੰਦਾ, ਅੰਮ੍ਰਿਤਧਾਰੀ ਬੰਦਾ, ਉਹਨੂੰ ਇਹਨਾਂ ਨੇ ਘੇਰਿਆ। ਅਸੀਂ ਉਹਨਾਂ ਨੂੰ ਪੁੱਛਿਆ ਕੀ ਹੋਇਆ, ਕਹਿੰਦਾ ਜੀ ਪੁਲਿਸ ਸਾਹਮਣੇ ਖੜ੍ਹੀ ਹੈ, ਮੈਨੂੰ ਘੇਰ ਕੇ, ਅਸੀਂ 4 ਜਣੇ ਸੀ, 2 ਬਜ਼ੁਰਗ ਸੀ, 2 ਇਹ ਨੌਜਵਾਨ ਸੀ, ਕਹਿੰਦਾ ਘੇਰ ਕੇ ਜਿਨ੍ਹਾਂ ਨੇ ਮੈਨੂੰ ਘੇਰਿਆ, ਕਹਿੰਦਾ ਉਹਨਾਂ 'ਚੋਂ 2-4-10 ਜ਼ਰੂਰ ਗੁਰਸਿੱਖ ਹੋਣੇ, ਬਾਕੀਆਂ ਨੇ ਕਹਿੰਦਾ ਕੋਈ ਸ਼ਰਾਬ ਪੀਤੀ ਸੀ, ਕੋਈ ਖਾਧਾ ਪੀਤਾ, ਉੱਤੇ ਪੰਨੇ ਬੰਨੇ ਸੀ, ਅਤੇ ਕਹਿੰਦਾ ਸ਼ਰਿਆ ਮੇਰੀ ਗੱਡੀ ਭੰਨਤੀ, ਮੇਰੇ 'ਤੇ ਅਟੈਕ ਕਰਤਾ। ਅਤੇ ਇਹ ਜਿਹੜੀ ਅਸੀਂ ਕਹਿੰਦੇ ਭਰਾ ਮਾਰੂ ਜੰਗ, ਪੁਲਿਸ ਦੀ ਸਪੋਰਟ ਨਾਲ, ਪੁਲਿਸ ਦੀ ਮਿਲੀ ਭੁਗਤ ਨਾਲ ਸਾਹਮਣੇ ਪੁਲਿਸ ਵਾਲੇ ਖੜ੍ਹੇ, ਅਤੇ ਉਹ ਅੱਖਾਂ ਮੀਟ ਲੀਆਂ ਕਿ ਚੰਗਾ ਤੁਸੀਂ ਆਪਦੇ ਜਿਹੜੇ ਕੰਮ ਆਏ ਉਹ ਕਰ ਲਓ ਕਿ ਸਾਨੂੰ ਉੱਤੋਂ ਤਾੜਨਾ ਨਾ ਹੋਵੇ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।